ਸਤਿ ਸ਼੍ਰੀ ਅਕਾਲ ਜੀ। ਡੇਲੀ ਪੋਸਟ ਪੰਜਾਬੀ ਤੁਸੀਂ ਵੇਖ ਰਹੇ ਹੋ ਅਤੇ ਪੰਜਾਬ ਦੇ ਵਿੱਚ ਕਈ ਦਿਨਾਂ ਤੋਂ ਕਰਫਿਊ ਹੈ ਅਤੇ ਪੰਜਾਬ ਸਰਕਾਰ ਵੱਲੋਂ ਜਿਹੜਾ ਕਰਫਿਊ ਦਾ ਐਲਾਨ ਆ ਉਹ 14 ਤਰੀਕ ਤੱਕ ਕਰ ਦਿੱਤਾ ਹੈ, ਕਿਉਂਕਿ ਪੂਰੇ ਦੇਸ਼ ਦੇ ਵਿੱਚ ਕਰੋਨਾ ਵਾਇਰਸ ਨੂੰ ਲੈ ਕੇ ਜਿਹੜਾ ਸੰਕਟ ਦੇ ਬੱਦਲ ਉਹ ਛਾਏ ਹੋਏ ਨੇ। ਦੇਸ਼ ਦੀ ਗੱਲ ਨਾ ਕੀਤੀ ਜਾਵੇ, ਪੂਰੇ ਸੰਸਾਰ ਦੇ ਵਿੱਚ ਜਿਹੜੇ ਸੰਕਟ ਦੇ ਬੱਦਲ ਉਹ ਛਾਏ ਹੋਏ ਨੇ। ਸੋ ਇਸ ਵੇਲੇ ਇਤਿਹਾਸਕ ਧਰਤੀ, ਸ਼ਹੀਦਾਂ ਦੀ ਧਰਤੀ ਸ਼੍ਰੀ ਚਮਕੌਰ ਸਾਹਿਬ ਦੇ ਵਿੱਚ ਮੌਜੂਦ ਹਾਂ, ਜਿੱਥੇ ਗਰੀਬ ਲੋਕਾਂ ਦੇ ਲਈ ਜਿਹੜਾ ਕਰਫਿਊ ਦੇ ਦੌਰਾਨ ਖਾਣਾ ਬੇਹੱਦ ਮੁਸ਼ਕਲ ਦਾ ਸਬੱਬ ਬਣਿਆ ਹੋਇਆ। ਖਾਣਾ ਦੋ ਵਕਤ ਦਾ ਖਾਣਾ ਹੀ ਜਿਹੜਾ, ਕਿਉਂਕਿ ਜਿਹੜੇ ਲੋਕ ਨੇ ਹੈਂਡ ਟੂ ਮਾਊਥ ਨੇ, ਜਿਨ੍ਹਾਂ ਨੇ ਸਵੇਰੇ ਕਮਾ ਕੇ ਸ਼ਾਮ ਨੂੰ ਖਾਣਾ, ਉਹਨਾਂ ਲਈ ਕਰਫਿਊ ਦੇ ਦਿਨਾਂ ਦੇ ਵਿੱਚ ਖਾਣਾ ਸਭ ਤੋਂ ਵੱਡੀ ਜਿਹੜੀ ਦਿੱਕਤ ਆ ਉਹ ਬਣੀ ਹੋਈ ਆ। ਕੈਮਰਾਮੈਨ ਨੂੰ ਕਹੂੰਗਾ ਜਿਹੜੀਆਂ ਤਸਵੀਰਾਂ ਨੇ ਇੱਕ ਵਾਰ ਵਿਖਾਈਆਂ ਜਾਣ, ਕਿਸ ਤਰ੍ਹਾਂ ਜਿਹੜਾ ਬਾਬਾ ਸੁਖਵੀਰ ਸਿੰਘ ਜੀ ਨੇ ਉਹ ਲੋਕਾਂ ਦੇ ਲਈ ਖਾਣਾ ਲੈ ਕੇ ਆਏ ਨੇ, ਉਹਨਾਂ ਨਾਲ ਵੀ ਗੱਲਬਾਤ ਕਰਾਂਗੇ। ਪਹਿਲਾਂ ਤਸਵੀਰਾਂ ਵਿਖਾਉਂਦੇ ਹਾਂ ਤੁਹਾਨੂੰ ਕਿਸ ਤਰ੍ਹਾਂ ਜਿਹੜੇ ਲੋਕ ਨੇ ਖਾਣਾ ਲੋਕਾਂ ਦੇ ਲਈ ਬੇਹੱਦ ਜ਼ਰੂਰੀ ਹੁੰਦਾ, ਕਿਉਂਕਿ ਜੇ ਪੰਜਾਬ ਦੀ ਗੱਲ ਕੀਤੀ ਜਾਵੇ ਤਾਂ ਪੰਜਾਬੀ ਲੋਕ ਹਰ ਵਿਪਤਾ ਦੇ ਵਿੱਚ ਲੋਕਾਂ ਦੇ ਨਾਲ ਖੜਦੇ ਨੇ, ਪਰ ਪੰਜਾਬ ਦੇ ਵਿੱਚ ਦੀ ਗੱਲ ਹੋਵੇ ਤਾਂ ਫਿਰ ਪਿੱਛੇ ਰਹਿਣਾ ਗੱਲ ਤੁੱਕ ਬਣਦੀ ਵੀ ਨਹੀਂ ਹੈ। ਸੋ ਤਸਵੀਰਾਂ ਸ਼੍ਰੀ ਚਮਕੌਰ ਸਾਹਿਬ ਧਰਤੀ ਦੀਆਂ ਵਿਖਾਈਆਂ ਜਾ ਰਹੀਆਂ ਨੇ। ਸੋ ਲੋਕਾਂ ਨੂੰ ਅਸੀਂ ਵੀ ਅਪੀਲ ਕਰਦੇ ਹਾਂ, ਸੋਸ਼ਲ ਡਿਸਟੈਂਸ ਹੋਣਾ ਬਹੁਤ ਜ਼ਰੂਰੀ ਹੈ, ਕਿਉਂਕਿ ਕਰੋਨਾ ਜਿਹੜੀ ਲਾਗੇ ਦੀ ਬਿਮਾਰੀ ਹੈ। ਸੋ ਬਾਬਾ ਜੀ ਨੂੰ ਵੀ ਅਸੀਂ ਪ੍ਰਬੰਧਕਾਂ ਨੂੰ ਵੀ ਕਹਿੰਦੇ ਹਾਂ ਕਿ ਜਿਹੜਾ ਸੋਸ਼ਲ ਡਿਸਟੈਂਸ ਆ ਉਹ ਬਣਾ ਕੇ ਰੱਖਣਾ ਚਾਹੀਦਾ, ਲੋਕਾਂ ਦੇ ਲਈ ਖਾਣਾ ਬੇਹੱਦ ਜ਼ਰੂਰੀ ਹੈ। ਕੈਮਰਾਮੈਨ ਨੂੰ ਕਹੂੰਗਾ ਤਸਵੀਰਾਂ ਵਿਖਾਈਆਂ ਜਾਣ, ਸਾਫ਼ ਸਫਾਈ ਦੇ ਨਾਲ ਜਿਹੜਾ ਖਾਣਾ ਉਹ ਲੈ ਕੇ ਆਇਆ ਜਾ ਰਿਹਾ। ਸੋ ਲੋਕਾਂ ਦੇ ਲਈ ਦਾਲ ਫੁਲਕਾ ਬੇਹੱਦ ਜ਼ਰੂਰੀ ਹੈ। ਕੈਸੇ ਦੇਖਦੇ ਹੋ ਬਈ, ਖਾਣਾ ਆ ਰਿਹਾ? ਆ ਰਹੇ, ਰੋਜ਼ ਆਤਾ ਹੈ? ਆਤਾ ਹੀ, ਕਾਮ ਪੇ ਤੋ ਜਾਣਾ ਨਹੀਂ ਪੜਤਾ? ਨਹੀਂ। ਖਾਣਾ ਮਿਲ ਰਿਹਾ? ਹਾਂਜੀ। ਸੋ ਇਹਨਾਂ ਲੋਕਾਂ ਦੇ ਲਈ ਖਾਣਾ ਬੇਹੱਦ ਜ਼ਰੂਰੀ ਹੈ। ਸੋ ਬਾਬਾ ਜੀ ਨੇ ਸਾਡੇ ਨਾਲ ਗੱਲਬਾਤ ਕਰਦੇ ਹਾਂ। ਬਾਬਾ ਜੀ ਪਹਿਲਾਂ ਤਾਂ ਬਹੁਤ ਸਵਾਗਤ ਹੈ ਡੇਲੀ ਪੋਸਟ। ਧੰਨਵਾਦ ਜੀ। ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਫਤਿਹ ਜੀ। ਬਾਬਾ ਜੀ, ਪੰਜਾਬੀ ਲੋਕ ਅਮੂਮਨ ਹਰ ਜਗ੍ਹਾ ਜੇ ਗੱਲ ਕਰੀ ਜਾਵੇ ਵਿਫਤਾ ਦੀ ਤਾਂ ਜਿਹੜਾ ਫਰੰਟ 'ਤੇ ਹੁੰਦੀ ਹੈ, ਚਾਹੇ ਉਹ ਖਾਲਸਾ ਐਡ ਹੋਵੇ ਕੋਈ ਵੀ ਹੋਵੇ, ਤੁਸੀਂ ਵੀ ਲੋਕਾਂ ਦੀ ਸਹਾਇਤਾ ਦੇ ਲਈ ਸ਼੍ਰੀ ਚਮਕੌਰ ਸਾਹਿਬ ਪਹੁੰਚੇ ਹੋ, ਕਿਉਂਕਿ ਜੇ ਪੰਜਾਬ 'ਤੇ ਵਿਫਤਾ ਹੋਵੇ ਤਾਂ ਸਾਡੇ ਲੋਕ ਭੁੱਖੇ ਸੌਣਾ ਤਾਂ ਫਿਰ ਬਣਦਾ ਨਹੀਂ ਜੀ। ਇਹ ਬਾਬਾ ਨਾਨਕ ਦਾ ਲੰਗਰ ਆ ਜੀ, 20 ਰੁਪਈਆਂ ਤੋਂ ਸ਼ੁਰੂ ਕੀਤਾ ਹੋਇਆ, ਅੱਜ ਤੱਕ ਚੱਲਦਾ ਆਇਆ ਅਤੇ ਰਹਿੰਦੀ ਦੁਨੀਆ ਤੱਕ ਚੱਲਦਾ ਰਹਿਣਾ। ਇਹਨੂੰ ਕੋਈ ਇੱਕ ਬੰਦਾ ਨਹੀਂ ਚਲਾ ਸਕਦਾ, ਇਹਨੂੰ ਸੰਗਤ ਚਲਾਉਣੇ ਵਾਲੀ ਹੈ। ਜਦੋਂ ਵੀ ਕਿਤੇ ਮਹਾਮਾਰੀ ਪੈਂਦੀ ਆ, ਕੋਈ ਭਿਆਨਕ ਕੋਈ ਹਾਦਸਾ ਆਉਂਦਾ, ਕਿਤੇ ਹੜ੍ਹ ਆਉਂਦਾ, ਕੋਈ ਵਾੜ ਆਉਂਦੀ ਹੈ, ਉਹਦੇ ਸਭ ਤੋਂ ਪਹਿਲਾਂ ਗੁਰੂ ਦਾ ਸਿੱਖ ਪਹੁੰਚਦਾ ਜੀ, ਸਭ ਤੋਂ ਅੱਗੇ ਪਹਿਲਾਂ। ਇਹ ਸਾਡੇ ਕਰਮ ਦੇ ਵਿੱਚ ਆ, ਸਿਧਾਂਤ ਵਿੱਚ ਆ, ਜਿਹਨੂੰ ਲੋਕ 2% ਵਾਲੇ ਗਿਣਦੇ ਸੀਗੇ ਕਿ ਇਕੱਲੇ 2% ਵਾਲੇ ਆ ਇਹ, ਉੱਥੇ ਹੁਣ ਉਹ ਲੋਕ ਦੇਖੇ ਆ ਵੀ ਅੱਖਾਂ 'ਚੋਂ ਅੱਥਰੂ ਆਉਂਦੇ ਆ, ਜਿਹੜੇ ਕਹਿੰਦੇ ਅਸੀਂ 84 ਵੇਲੇ ਤਾਂ ਇਹਨਾਂ ਨੂੰ ਲੱਭ ਲੱਭ ਕੇ ਮਾਰਦੇ ਸੀ 2% ਵਾਲਿਆਂ ਨੂੰ ਵੀ, ਪਰ ਅੱਜ ਇਹੀ 2% ਵਾਲੇ ਪੂਰੇ ਵਰਲਡ ਦੇ ਵਿੱਚ ਸਭ ਤੋਂ ਅੱਗੇ ਆਪਣੀ ਜਾਨ ਤਲੀ ਪਰ ਰੱਖ ਕੇ, ਕਿਉਂਕਿ ਸਾਰੇ ਲੋਕ ਘਰਾਂ 'ਚ ਬੈਠੇ ਆ, ਆਪਣੀ ਜਾਨ ਤਲੀ ਪਰ ਰੱਖ ਕੇ ਡੋਰ ਟੂ ਡੋਰ ਇਹ ਕਹਿ ਲਓ ਵੀ ਪਹੁੰਚ ਕਰ ਰਹੇ ਹਾਂ। ਇਹ ਬਾਬੇ ਨਾਨਕ ਦੀ ਕਿਰਪਾ ਜੀ। ਜਿਸ ਏਰੀਆ 'ਚ ਤੁਸੀਂ ਸ਼੍ਰੀ ਚਮਕੌਰ ਸਾਹਿਬ ਦੇ ਹੋ, ਸਲਾਮ ਏਰੀਆ ਲੱਗ ਰਿਹਾ ਜਿਹੜੇ ਲੋਕ ਨੇ, ਕਿਉਂਕਿ ਇਹ ਲੋਕ ਨੇ ਜੋ ਸਵੇਰੇ ਕਮਾ ਕੇ ਸ਼ਾਮ ਨੂੰ ਖਾਂਦੇ ਆ, ਇਹਨਾਂ ਲਈ ਜਿਹੜਾ ਸਭ ਤੋਂ ਬੜੀ ਦਿੱਕਤ ਹੈ, ਕਿਉਂਕਿ ਕੰਮ ਠੱਪ ਨੇ, ਕਾਰੋਬਾਰ ਠੱਪ ਨੇ, ਇਹਨਾਂ ਲੋਕਾਂ ਦੇ ਲਈ ਖਾਣਾ ਬੇਹੱਦ ਜ਼ਰੂਰੀ ਹੈ। ਕਿਵੇਂ ਸੋਚਿਆ ਕਿ ਸਾਨੂੰ ਇਸ ਏਰੀਏ 'ਚ ਹੋਰ ਕਿਹੜੇ ਕਿਹੜੇ ਏਰੀਏ 'ਚ ਡਿਸਟ੍ਰੀਬਿਊਟ ਕਰਦੇ? ਅਸੀਂ ਤਕਰੀਬਨ ਪਹਿਲਾਂ ਇਲਾਕੇ ਦੇ ਵਿੱਚ ਅਸੀਂ ਆਪਣੇ ਕਈ ਪਿੰਡਾਂ ਨੂੰ ਕਵਰ ਕਰ ਰਹੇ ਸੀਗੇ। ਮੈਨੂੰ DSP ਸਾਹਿਬ ਕਹਿੰਦੇ ਵੀ ਆਪਣਾ ਚਮਕੌਰ ਸਾਹਿਬ ਕਾਫੀ ਇਲਾਕੇ ਵਿੱਚ ਲੰਗਰ ਨਹੀਂ ਜਾ ਰਿਹਾ, ਅਤੇ ਉਦੋਂ ਤੋਂ ਫਿਰ ਉਪਰਾਲਾ ਕਰੇ ਵੀ ਇਸ ਦਾਇਰੇ ਨੂੰ ਵੱਡਾ ਕਰਿਆ ਜਾਵੇ, ਅਤੇ ਮਹਾਰਾਜ ਦੀ ਕਿਰਪਾ ਦੇ ਨਾਲ ਇਹ ਲੰਗਰ ਦੀ ਤਿਆਰੀ ਫਿਰ ਵੱਡਾ 2,000-2,500 ਬੰਦੇ ਦਾ ਲੰਗਰ ਡੇਲੀ ਸੰਗਤ ਆਪ ਬਣਾਉਂਦੀ ਹੈ, ਅਤੇ ਬਣਾ ਕੇ ਫਿਰ ਅਸੀਂ ਲੋੜਵੰਦਾਂ ਤੱਕ ਪਹੁੰਚ ਕਰ ਰਹੇ ਹਾਂ ਜੀ। ਇਹ ਕਿੰਨੇ ਦਿਨ ਤੋਂ ਪ੍ਰੋਗਰਾਮ ਜਿਹੜਾ ਤੁਹਾਡਾ ਜਿਹੜਾ ਕੁੱਲ ਲੰਗਰ ਬਣਾਉਂਦੇ ਨੇ, ਇਹ 22 ਤਰੀਕ ਤੋਂ ਲੰਗਰ ਚੱਲ ਰਿਹਾ ਜੀ, 22 ਤਰੀਕ ਤੋਂ ਲੰਗਰ ਚੱਲ ਰਿਹਾ ਹੈ। ਔਰ ਸਭ ਤੋਂ ਬੜੀ ਖਾਸੀਅਤ ਦੀ ਇਹ ਗੱਲ ਹੈ ਕਿ ਇਸ ਲੰਗਰ ਦੇ ਵਿੱਚ ਕੋਈ ਡੋਨੇਸ਼ਨ ਨਹੀਂ ਇਕੱਠੀ ਕਰੀ ਜਾਂਦੀ, ਜੋ ਵਾਹਿਗੁਰੂ ਨੇ ਆਪਾਂ ਨੂੰ ਕਾਰੋਬਾਰ ਦਿੱਤਾ ਉਹਦੀ ਕਿਰਤ ਵਿੱਚੋਂ ਜੋ ਦਸਵੰਧ ਨਿਕਲਦਾ ਉਹਦੇ ਨਾਲ ਇਹ ਲੰਗਰ ਚੱਲ ਰਿਹਾ ਹੈ। ਅੱਗੇ ਕਿੰਨੀ ਦੇਰ ਤੱਕ ਚਲਾਉਣ ਦਾ ਪਲਾਨ? ਸਭ ਤੋਂ ਪਹਿਲਾਂ ਤਾਂ ਵਾਹਿਗੁਰੂ ਅੱਗੇ ਅਰਦਾਸ ਕਰਾਂਗੇ ਵੀ ਇਹ ਜਿਹੜੀ ਮਹਾਮਾਰੀ ਪਈ ਹੈ, ਬਿਮਾਰੀ ਪਈ ਹੈ, ਵਾਹਿਗੁਰੂ ਨੂੰ ਛੇਤੀ ਠੀਕ ਕਰੇ, ਵਰਨਾ ਜੇ ਕਿਤੇ ਇਹੋ ਜਿਹੀ ਗੱਲਬਾਤ ਹੁੰਦੀ ਹੈ ਵੀ ਇਹਨੂੰ 5-4 ਮਹੀਨੇ ਵੀ ਕਿਤੇ ਜੇ ਕਿਤੇ ਚੱਲਣਾ ਪੈ ਜਾਂਦਾ ਤਾਂ ਮਹਾਰਾਜ ਕਿਰਪਾ ਕਰੇ, ਗੁਰੂ ਸਾਹਿਬ ਸਾਰੇ ਸਮੇਂ ਵਾਸਤੇ ਆਪੀ ਸੇਵਾ ਲੈਣਗੇ। ਸੋ ਵੱਡੀ ਗੱਲ ਹੈ ਬਾਬਾ ਜੀ, ਸਾਡੀ ਪਹਿਲਾਂ ਵੀ ਗੁਜ਼ਾਰਿਸ਼ ਹੈ ਲੋਕਾਂ ਨੂੰ ਥੋੜ੍ਹਾ ਸੋਸ਼ਲ ਡਿਸਟੈਂਸ ਬਣਾ ਕੇ ਰੱਖੋ, ਲੰਗਰ ਤਿਆਰ ਕਰਨ ਦੇ ਲਈ ਕਿਸ ਤਰ੍ਹਾਂ ਕਿੰਨੇ ਲੋਕ ਨੇ ਬਿਨਾਂ ਡੋਨੇਸ਼ਨ ਤੋਂ ਲੰਗਰ ਤਿਆਰ ਕਰਦੇ ਹੋ, ਕੋਈ ਦਿੱਕਤ ਤਾਂ ਨਹੀਂ? ਨਹੀਂ, ਕੋਈ ਦਿੱਕਤ ਨਹੀਂ ਆ ਰਹੀ, ਕਿਉਂਕਿ ਬਾਬਾ ਨਾਨਕ ਸਾਹਿਬ ਅੱਗੇ ਅਰਦਾਸ ਬੇਨਤੀ ਕਰਕੇ ਚੱਲਦੇ ਹਾਂ, ਕਿਉਂਕਿ ਉਹਦੇ ਲੰਗਰ ਆ, ਉਹਨੇ ਆਪ ਚਲਾਉਣੇ, ਅਸੀਂ ਕੌਣ ਹੁੰਦੇ ਹਾਂ ਚਲਾਉਣੇ ਵਾਲੇ। ਇਹ ਤਾਂ ਬਹੁਤ ਲੋਕ ਦਾਨੀ ਬੈਠੇ ਆ ਪਰ ਉਹਨਾਂ ਨਾਲ ਸਾਡੇ ਸੰਪਰਕ ਨੰਬਰ ਨਹੀਂ ਜੁੜਦੇ, ਕਿਉਂਕਿ ਅਸੀਂ ਫੋਨ ਬਹੁਤ ਘੱਟ ਖੋਲਦੇ ਹਾਂ, ਅਤੇ ਬਹੁਤ ਬੰਦੇ ਕਹਿੰਦੇ ਅਸੀਂ ਤੁਹਾਡੇ ਨਾਲ ਹੈਲਪ ਕਰਨੀ ਚਾਹੁੰਦੇ ਹਾਂ ਪਰ ਉਹਨਾਂ ਨੂੰ ਸਾਡਾ ਗੱਲੇ ਨਹੀਂ ਹੁੰਦੀ ਉਹਨਾਂ ਨਾਲ ਸਾਡੀ, ਅਤੇ ਕਿਉਂਕਿ ਹੁਣ ਫੋਨ
ਫੋਨ ਤੇ ਗੱਲਾਂ ਕਰਨ ਦਾ ਟਾਈਮ ਨਹੀਂ ਹੈਗਾ ਬਾਹਲਾ ਜ਼ਿਆਦਾ, ਸਿਰਫ ਸੇਵਾ ਹੋ ਜਾਵੇ। ਜਿੱਥੇ ਕੋਈ ਭੱਠੇ ਤੇ ਮਜ਼ਦੂਰ ਬੈਠੇ ਆ, ਕੋਈ ਕੋਈ ਵਿਚਾਰਾ ਦਿਹਾੜੀਦਾਰ ਬੰਦਾ ਵਿਹਲਾ ਬੈਠਾ ਹੈ, ਆ ਝੁੱਗੀ ਝੋਪੜੀ 'ਚ ਬੰਦੇ ਵਿਹਲੇ ਬੈਠੇ ਆ, ਤੇ ਕਿਤੇ ਗੁਰੂ ਕੀ ਬੈਠਾ। ਅੱਜ ਤੱਕ ਲੰਗਰ ਦੀ ਸੇਵਾ ਤੇ ਕੱਲ ਤੋਂ ਅਸੀਂ ਆਪਣੀ ਟੀਮ ਨਾਲ ਡਾਕਟਰਾਂ ਨੂੰ ਵੀ ਲੈ ਕੇ ਘਰ ਘਰ ਆਵਾਂਗੇ ਜੀ। ਜਿੱਥੇ ਕਿਸੇ ਨੂੰ ਵੀ ਕੋਈ ਲੋੜਵੰਦ ਆ ਉਹਨੂੰ ਅਸੀਂ ਕੋਸ਼ਿਸ਼ ਕਰ ਰਹੇ ਹਾਂ ਵੀ ਕੱਲ ਤੋਂ ਡਾਕਟਰ ਵੀ ਘਰ ਜਾ ਕੇ ਚੈੱਕਅਪ ਕਰਨ, ਅਸੀਂ ਉਹਦੀ ਟੀਮ ਬਣਾ ਕੇ ਕੱਲ ਤੋਂ ਅਲੱਗ ਛੱਡ ਰਹੇ ਹਾਂ ਉਹਨੂੰ, ਦਵਾਈ ਬੂਟੀ ਹੋਣ ਦਾ ਇਲਾਜ ਅਸੀਂ ਘਰ ਪਰਤੀ ਦੇਣ ਦੀ ਕੋਸ਼ਿਸ਼ ਕਰ ਰਹੇ ਹਾਂ ਕੱਲ ਤੱਕ। ਸੋ ਡਾਕਟਰਾਂ ਨੂੰ ਨਾਲ ਲੈ ਕੇ ਆਉਣ ਦੀ ਗੱਲ ਕਹੀ ਜਾ ਰਹੀ ਹੈ, ਕੈਮਰਾਮੈਨ ਨੂੰ ਕਹੂੰਗਾ ਜਿਹੜੀਆਂ ਤਸਵੀਰਾਂ ਨੇ ਉਹ ਵਿਖਾਈਆਂ ਜਾਣ, ਵਾਪਸ ਆਉਂਦੇ ਹਾਂ ਤੁਹਾਡੇ ਕੋਲ ਫਿਰ। ਪਹਿਲਾਂ ਜਿਹੜੀਆਂ ਤਸਵੀਰਾਂ ਵਿਖਾਉਂਦੇ ਹਾਂ ਤੁਹਾਨੂੰ, ਜਿਹੜੇ ਲੋਕਾਂ ਨੂੰ ਬੜੇ ਪਿਆਰ ਦੇ ਨਾਲ ਜਿਹੜਾ ਲੰਗਰ ਹੈ ਉਹ ਡਿਸਟ੍ਰੀਬਿਊਟ ਕੀਤਾ ਜਾਂਦਾ ਹੈ। ਸੋ ਕਿਉਂਕਿ ਸਭ ਤੋਂ ਜ਼ਰੂਰੀ ਇਸ ਵੇਲੇ ਜਿਹੜਾ ਲੰਗਰ ਹੈ ਲੋਕਾਂ ਨੂੰ, ਕਿਉਂਕਿ ਰੋਟੀ ਜਿਹੜੀ ਮਿਲਣੀ ਬੇਹੱਦ ਜ਼ਰੂਰੀ ਹੁੰਦੀ ਹੈ, ਕਿਉਂਕਿ ਦੋ ਵਕਤ ਦੀ ਰੋਟੀ ਇਸ ਵੇਲੇ ਕਰਫਿਊ ਦੇ ਦੌਰਾਨ ਮੁਸ਼ਕਲ ਹੁੰਦੀ ਹੈ। ਦਾਲ ਪ੍ਰਸ਼ਾਦਾ ਅਤੇ ਚੌਲਾਂ ਦਾ ਜਿਹੜਾ ਲੰਗਰ ਆ, ਸਾਫ਼ ਸਫਾਈ ਦਾ ਧਿਆਨ, ਬਿਲਕੁਲ ਗਲਵਜ਼ ਹੋਣੇ ਚਾਹੀਦੇ ਨੇ, ਮਾਸਕ ਹੋਣੇ ਚਾਹੀਦੇ ਨੇ। ਸੋ ਬਿਲਕੁਲ ਇਹਨਾਂ ਜਿਹੜੇ ਸੇਵਾਦਾਰਾਂ ਵੱਲੋਂ ਇਸ ਗੱਲ ਦਾ ਜਿਹੜਾ ਧਿਆਨ ਆ ਉਹ ਰੱਖਿਆ ਜਾਂਦਾ। ਸੋ ਤਸਵੀਰਾਂ ਸ਼੍ਰੀ ਚਮਕੌਰ ਸਾਹਿਬ ਦੀਆਂ ਵਿਖਾਈਆਂ ਜਾ ਰਹੀਆਂ ਨੇ, ਜਿੱਥੇ ਬੇਹੱਦ ਵਧੀਆ ਤਰੀਕੇ ਦੇ ਨਾਲ ਸਲਮ ਏਰੀਆਜ਼ ਨੇ ਜਿੱਥੇ ਗਰੀਬ ਲੋਕ ਜਿਹੜੇ ਰਹਿੰਦੇ ਨੇ। ਸੋ ਇਹਨਾਂ ਦੇ ਲਈ ਜਿਹੜਾ ਲੰਗਰ ਹੈ ਇਹ ਜ਼ਰੂਰੀ ਹੁੰਦਾ। ਇੱਕ ਸੇਵਾਦਾਰ ਨਾਲ ਗੱਲਬਾਤ ਕਰ ਲੈਂਦੇ ਹਾਂ, ਕਿਵੇਂ ਦੇਖਦੇ ਹੋ ਲੋਕਾਂ ਨੂੰ ਸੋਸ਼ਲ ਡਿਸਟੈਂਸ ਦਾ ਜਿਹੜਾ ਉਹ ਹੋਣਾ ਬਹੁਤ ਜ਼ਰੂਰੀ ਹੈ। ਜ਼ਰੂਰੀ ਹੈ ਤਾਂ ਬਈ ਆਪਾਂ ਲੰਗਰ ਵੀ ਛਕਣਾ, ਬਿਮਾਰੀ ਤੋਂ ਵੀ ਬਚਣਾ, ਠੀਕ ਹੈ ਜੀ, ਅਤੇ ਆਪਣਾ ਵੀ ਖਿਆਲ ਰੱਖਣਾ, ਹੋਰ ਦਾ ਵੀ ਖਿਆਲ ਰੱਖਣਾ। ਤੁਸੀਂ ਵੀ ਗਲਵਜ਼ ਪਾਓ, ਇੱਕ ਰਹਿ ਗਿਆ ਇੱਕ ਖਰਾਬ ਹੋ ਗਿਆ। ਸੇਵਾਦਾਰਾਂ ਦੇ ਲਈ ਵੀ ਜਿਹੜੇ ਗਲਵਜ਼ ਨੇ ਉਹ ਹੋਣੇ ਚਾਹੀਦੇ ਨੇ, ਸਾਰੇ ਵਾਸਤੇ ਹੋਣੇ ਚਾਹੀਦੇ ਆ, ਅਲਾਊਡ। ਇਹ ਸਰਕਾਰ ਨੂੰ ਵੀ ਕਰਨਾ ਚਾਹੀਦਾ ਵੀ ਪ੍ਰੋਪਰ ਕਿਸੇ ਹੋਸਪਿਟਲ ਸਟੋਰ ਉੱਪਰ ਵੀ ਨਹੀਂ ਹੈਗੇ। ਠੀਕ ਹੈ, ਹਾਂਜੀ, ਗੱਲ ਬਾਤ ਕਰ ਲੈਂਦੇ ਹਾਂ, ਕੀ ਕਹਿਣਾ ਚਾਹੁੰਦੇ ਹੋ ਸਰ ਇਸ ਉਦਮ ਦੇ ਲਈ? ਦੇਖੋ ਜੀ, ਗੁਰੂ ਮਹਾਰਾਜ ਨੇ ਜੋ ਇਹ ਮਹਾਂਮਾਰੀ ਕੋਈ ਹੋਇਆ ਸੀ ਵੀ ਸੰਸਾਰ 'ਤੇ ਭੀੜ ਬਣ ਗਈ ਹੈ ਇਹ, ਪਰ ਅਸੀਂ ਤਾਂ ਅਰਦਾਸ ਮਹਾਰਾਜ ਅੱਗੇ ਇਹੀ ਕਰਾਂਗੇ ਕਿ ਮਹਾਂਮਾਰੀ ਦੇ ਵਿੱਚੋਂ ਛੇਤੀ ਛੇਤੀ ਪੂਰੇ ਵਰਲਡ ਪੂਰੇ ਸੰਸਾਰ ਨੂੰ ਕੱਢੇ। ਜਿੱਥੇ ਬਾਬਾ ਜੀ ਸੁਖਬੀਰ ਸਿੰਘ ਜੀ ਕੰਦੋਲਾ ਤੋਂ 22 ਤਰੀਕ ਤੋਂ ਨਿਰੰਤਰ ਇਹ ਸੇਵਾ ਚੱਲ ਰਹੀ ਹੈ, ਅਤੇ ਅਸੀਂ ਚਾਹੁੰਦੇ ਹਾਂ ਕਿ ਮਹਾਰਾਜ ਸੇਵਾ ਦੇ ਤੇਰੇ ਹੋਰ ਵੀ ਬੜੇ ਤਰੀਕੇ ਨੇ, ਲੈ ਤਾਂ ਸੇਵਾ ਮਹਾਰਾਜ ਨੇ ਆਪੇ ਲੈਣੀ ਹੈ ਵੀ ਚਲੋ ਲੋਕਾਂ ਨੂੰ ਤੰਦਰੁਸਤੀ ਬਖਸ਼ੇ ਮਹਾਰਾਜ, ਆਪਣੇ ਸੇਵਾਦਾਰਾਂ ਦੀ ਚੜ੍ਹਦੀ ਕਲਾ ਬਖਸ਼ੇ। ਠੀਕ ਹੈ, ਅਤੇ ਅਸੀਂ ਥੈਂਕਸ ਕਰਾਂਗੇ ਮੀਡੀਆ ਦਾ ਅਤੇ ਆਪਣੇ ਪ੍ਰਸ਼ਾਸਨ ਦਾ ਜਿਹਦੇ ਨਾਲ ਸਾਡੇ ਨਿਰੰਤਰ ਸਾਡੇ ਨਾਲ SHO ਸਾਹਿਬ, DSP ਸਾਹਿਬ ਸਾਡੇ ਨਾਲ ਨਿਰੰਤਰ ਚੱਲਦੇ ਸੀ, ਅੱਜ ਵੀ ਉਹਨਾਂ ਦਿਸ਼ਾ ਨਿਰਦੇਸ਼ ਥੱਲੇ ਜਿੱਥੇ ਸਾਨੂੰ ਮੈਪ ਬਣਾ ਕੇ ਦਿੰਦੇ ਨੇ ਵੀ ਇੱਥੇ ਜਾਓ ਇੱਥੇ ਜ਼ਰੂਰ, ਅਤੇ ਬੜਾ ਵਧੀਆ ਉਹਨਾਂ ਦਾ ਮੈਪਿੰਗ ਆ, ਉਹ ਕਹਿੰਦੇ ਵੀ ਹਾਂ ਉਹ ਏਰੀਆ ਨਾ ਹੋਵੇ ਜਿੱਥੇ ਤਿੰਨ ਤਿੰਨ ਚਾਰ ਚਾਰ ਵਾਰ ਜਾ ਕੇ ਲੰਗਰ ਵਰਤ ਜਾਵੇ, ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਇਹ ਲੰਗਰ ਚੱਲ ਰਹੇ ਨੇ। ਧੰਨਵਾਦ ਕਰਾਂਗੇ ਮੀਡੀਆ ਦਾ, ਥੈਂਕਸ। ਠੀਕ ਹੈ, ਕੈਮਰਾਮੈਨ ਨੂੰ ਕਹੂੰਗਾ ਤਸਵੀਰਾਂ ਦਿਖਾਈਆਂ ਜਾਣ। ਰੋਟੀ ਕਿੰਨੀ ਜ਼ਰੂਰੀ ਹੁੰਦੀ ਹੈ, ਬੱਚੇ ਤੁਸੀਂ ਵੇਖ ਪਾ ਰਹੇ ਹੋ, ਮਾਸੂਮ ਬੱਚੇ ਨੇ, ਬਿਲਕੁਲ ਤਸਵੀਰਾਂ ਵੇਖ ਪਾ ਰਹੇ ਹੋ, ਮਾਸੂਮ ਬੱਚੇ ਜੋ ਕਿ ਲਾਈਨ ਦੇ ਵਿੱਚ ਰੋਟੀ ਲੈਣ ਦੇ ਲਈ ਪਹੁੰਚੇ ਨੇ। ਸੋ ਬੇਹੱਦ ਭਾਵੁਕ ਪਲ ਹੋ ਜਾਂਦੇ ਨੇ, ਰੋਟੀ ਬੇਹੱਦ ਜ਼ਰੂਰੀ ਹੋ ਜਾਂਦਾ ਔਰਤਾਂ, ਕਿਉਂਕਿ ਔਰਤਾਂ ਨੂੰ ਵੀ ਪਤਾ ਹੁੰਦਾ ਘਰ ਦਾ ਰਾਸ਼ਨ ਹੈ, ਘਰ ਦੇ ਜਿਹੜੀ ਰੋਟੀ ਹੈ ਉਹ ਸ਼ਾਮ ਨੂੰ ਜਿਹੜੇ ਆਏ ਲੋਕਾਂ ਨੂੰ ਦੇਣੀ ਹੈ। ਸੋ ਹਰ ਇੱਕ ਚੀਜ਼, ਹਰ ਇੱਕ ਇਨਸਾਨ ਦੇ ਲਈ ਰੋਟੀ ਬਹੁਤ ਜ਼ਰੂਰੀ ਹੁੰਦੀ ਹੈ, ਬੇਜੁਮਾਨਾਂ ਲਈ ਵੀ ਬਹੁਤ ਜ਼ਰੂਰੀ ਹੈ। ਬਾਬਾ ਜੀ ਨਾਲ ਇੱਕ ਵਾਰ ਫਿਰ ਤੇ ਗੱਲਬਾਤ ਕਰਦੇ ਹਾਂ। ਬਾਬਾ ਜੀ, ਜਾਂਦੇ ਜਾਂਦੇ ਸੰਗਤ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਹੋ ਜੀ? ਸੰਦੇਸ਼ ਦੇਣਾ ਚਾਹੁੰਦੇ ਹਾਂ ਵੀ ਸਭ ਤੋਂ ਪਹਿਲਾਂ ਜਿਹੜਾ ਇਹ ਲੋਕਡਾਊਨ ਹੋਇਆ ਹੋਇਆ, ਅਸੀਂ ਇਸ ਬਿਮਾਰੀ ਕਰੋਨਾ ਨੂੰ ਜਿੱਤ ਸਕਦੇ ਹਾਂ, ਪਰ ਤੁਸੀਂ ਆਪਣੇ ਘਰਾਂ 'ਚ ਰਹੋ। ਇਹ ਜਿਹੜੀ ਚੇਨ ਆ ਇਹਨੂੰ ਤੁਸੀਂ ਤੋੜੋ, ਆਪਣੇ ਇਕੱਠ ਨੂੰ ਆਪਾਂ ਤੋੜ ਕੇ ਚੱਲੀਏ, ਅਤੇ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕੱਲ੍ਹ ਤੋਂ, ਮੈਂ ਆਪਣੀ ਟੀਮ ਦੇ ਬੰਦੇ ਹੋਰ ਜ਼ਿਆਦਾ ਥੋੜ੍ਹੇ ਲੈ ਕੇ ਆਊਂਗਾ ਵਲੰਟੀਅਰ ਆਪਣੇ, ਅਸੀਂ ਡੋਰ ਟੂ ਡੋਰ ਜਾਵਾਂਗੇ ਜੀ ਕੱਲ੍ਹ ਤੋਂ, ਡੋਰ ਟੂ ਡੋਰ ਅਸੀਂ ਲੈਣਗੇ ਦੇ ਵਿੱਚ ਨਹੀਂ ਲਿਖਾਂਗੇ ਕਿ ਅੱਜ ਮੇਰੇ ਕੋਲ ਸੇਵਾਦਾਰ ਘੱਟ ਆ ਥੋੜ੍ਹੇ ਜਿਹੇ, ਅਸੀਂ ਕੱਲ੍ਹ ਨੂੰ ਡੋਰ ਟੂ ਡੋਰ ਵੀ ਦਰਵਾਜ਼ਾ ਖਿਲਾਓ, ਇੱਕ ਬੰਦਾ ਪ੍ਰਸ਼ਾਦਾ ਪਾ ਲਓ। ਅਸੀਂ ਇੱਕੋ ਬੇਨਤੀ ਕਰ ਰਹੇ ਹਾਂ, ਤੁਸੀਂ ਆਪਣੇ ਘਰਾਂ 'ਚ ਰਹੋ, ਇਹ ਔਖਾ ਟਾਈਮ ਹੈ, ਗੌਰਮੈਂਟ ਨਾਲ ਆਪਾਂ ਨੂੰ ਚੱਲਣਾ ਹੀ ਪੈਣਾ, ਤੁਸੀਂ ਘਰਾਂ 'ਚ ਰਹੋ, ਅਸੀਂ ਤੁਹਾਡੇ ਨਾਲ ਨਾਲ ਅਸੀਂ ਚੱਲ ਰਹੇ ਹਾਂ, ਅਸੀਂ ਆਪਣੀ ਜਾਨ ਆਪਣੀ ਤਲੀ ਪਰ ਰੱਖੀ ਫਿਰਦੇ ਹਾਂ ਜੋ ਗਰਾਊਂਡ ਲੈਵਲ 'ਤੇ ਆ ਕੇ ਵਰਕ ਕਰ ਰਹੇ ਹਾਂ। ਸੋ ਇਹੀ ਕਹਾਂਗੇ, ਸਾਨੂੰ ਤੁਹਾਡੇ ਸਤਿਕਾਰ ਦੀ, ਤੁਹਾਡੇ ਪਿਆਰ ਦੀ, ਤੁਹਾਡੇ ਸਹਿਯੋਗ ਦੀ ਬਹੁਤ ਵੱਡੀ ਲੋੜ ਹੈ, ਤੁਸੀਂ ਸਾਡੇ ਮੋਢੇ ਨਾਲ ਮੋਢਾ ਜੋੜ ਕੇ ਚੱਲੋ। ਚਮਕੌਰ ਸਾਹਿਬ ਦੇ ਇਲਾਕੇ ਦੇ ਵਿੱਚ, ਮੈਂ ਪੂਰੀ ਦੁਨੀਆ ਨੂੰ ਤਾਂ ਕਵਰ ਨਹੀਂ ਕਰ ਸਕਦਾ, ਪਰ ਚਮਕੌਰ ਸਾਹਿਬ ਦੇ ਇਲਾਕੇ ਵਿੱਚ ਕਿਸੇ ਗਰੀਬ ਨੂੰ, ਮਜ਼ਦੂਰ ਨੂੰ, ਕਿਸੇ ਇਹ ਕਹਿ ਲਓ ਵੀ ਜਿਹੜਾ ਵੀ ਬੰਦਾ ਵਿਚਾਰਾ ਉਹ ਆਪਣਾ ਕਿਸੇ ਪਾਸੇ ਨੂੰ ਵੀ ਅਪਾਹਜ ਹੈ, ਉਹਨੂੰ ਮੇਰੀ ਕੋਸ਼ਿਸ਼ ਰਹੂਗੀ ਵੀ ਬਾਬੇ ਨਾਨਕ ਸਾਹਿਬ ਦੀ ਕਿਰਪਾ ਨਾਲ ਅਸੀਂ ਇਹਨੂੰ ਭੁੱਖਾ ਨਹੀਂ ਸੌਣ ਦੇਵਾਂਗੇ। ਸੋ ਵੱਡੀ ਗੱਲ ਹੈ, 2% ਲੋਕ ਨੇ ਜੇ ਗੱਲ ਕੀਤੀ ਜਾਵੇ, ਇਹਨਾਂ ਦਾ ਕਹਿਣਾ ਕਿ ਸ਼੍ਰੀ ਚਮਕੌਰ ਸਾਹਿਬ ਧਰਤੀ 'ਤੇ ਕਿਸੇ ਵੀ ਗਰੀਬ ਮਜ਼ਦੂਰ ਨੂੰ ਜਿਹੜਾ ਭੁੱਖਾ ਨਹੀਂ ਸੌਣ ਦਿੱਤਾ ਜਾਵੇਗਾ। ਤਾਂ ਇਹਨਾਂ ਦੇ ਇੱਕ ਗੁਜ਼ਾਰਿਸ਼ ਹੋਰ ਵੀ ਹੈ ਕਿ ਸੋਸ਼ਲ ਡਿਸਟੈਂਸ ਹੋਣਾ ਬਹੁਤ ਜ਼ਰੂਰੀ ਹੈ, ਕਿਉਂਕਿ ਲਾਗੇ ਦੀ ਬਿਮਾਰੀ ਹੈ, ਹਰ ਇੱਕ ਬੰਦੇ ਨੂੰ ਜਾਗਰੂਕਤਾ ਹੋਣੀ ਚਾਹੀਦੀ ਹੈ। ਔਰ ਸਭ ਤੋਂ ਵੱਡੀ ਗੱਲ ਹੈ ਕਿ ਪ੍ਰਸ਼ਾਸਨ, ਸਰਕਾਰ ਦਾ ਸਹਿਯੋਗ ਹੋਣਾ ਚਾਹੀਦਾ ਤਾਂ ਕਿ ਜਿਹੜੇ ਇਸ ਨਾਮਰਾਦ ਬਿਮਾਰੀ ਤੋਂ ਜਿਹੜਾ ਬਚਿਆ ਜਾ ਸਕੇ। ਸੋ ਬਾਬਾ ਜੀ ਵੱਲੋਂ ਕੱਲ੍ਹ ਡਾਕਟਰਾਂ ਦੀ ਟੀਮ ਨਾਲ ਵੀ ਲੈ ਕੇ ਆ ਜਾਊਗਾ ਤਾਂ ਕਿ ਜਿਹੜੇ ਲੋਕਾਂ ਨੂੰ ਮੈਡੀਕਲ ਸਹੂਲਤ ਵੀ ਦਿੱਤੀ ਜਾ ਸਕੇ।